ਭਗਤੀ ਦੱਸੀ ਆ ਉਹਨਾਂ ਨੇ ਭਗਤੀ ਕੋਈ ਗੱਲ ਨਹੀਂ ਹੋਰ ਗੱਲ ਹੈ ਦੱਸਣੀ ਹੋਰ ਗੱਲ ਔਰ ਉਹਨਾਂ ਨੇ ਇਹ ਵੀ ਨਹੀਂ ਕਿਹਾ ਮੈਂ ਬੁਲਾਇਆ ਬੋਲਦਾ ਕ੍ਰਿਸ਼ਨ ਤਾਂ ਉਦਾਂ ਹੀ ਮੈਂ ਕਰਦਾ ਰਾਮ ਨੇ ਕੁਛ ਕਿਹਾ ਹੀ ਹੈ ਨਹੀਂ ਰਸੂਲ ਇਹਨਾਂ ਦਾ ਮੁਸਲਮਾਨਾਂ ਦਾ ਕਈ ਸਿੰਧ ਬਿੰਦ ਨਗਿੰਦਰ ਦੱਸੋ ਰਸੂਲ ਵਿੱਚ ਲੈ ਆਉਂਦਾ ਉਸ ਵੇਲੇ ਕੌਣ ਲਿਆਊਗਾ ਰਸੂਲ ਨੂੰ ਵਿੱਚ ਕਿਹਦੀ ਬੰਦਾ ਰਸੂਲ ਤੇ ਟਿੱਪਣੀ ਕਰ ਦੇਵੇ ਰਸੂਲ ਤੇ ਟਿੱਪਣੀ ਹੈ ਰਾਜ ਹੋਵੇ ਮੁਸਲਮਾਨਾਂ ਦਾ ਰਸੂਲ ਤੇ ਹੋ ਜਾ ਟਿੱਪਣੀ ਕੌਣ ਕਰੂਗਾ ਇਹ ਜਿਹਨਾਂ ਲੋਕਾਂ ਨੂੰ ਇਹ ਨਹੀਂ ਸਮਝ ਆਈ ਵੀ ਇਹ ਗੱਲ ਕੀ ਹੈ ਕਿਹਨੇ ਕਹਿਤੀ ਕਿੱਡੀ ਬੜੀ ਕਹਿਤੀ ਉਹ ਕਹਿੰਦਾ ਜੀ ਦਸਮ ਗ੍ਰੰਥ ਦਾ ਗ੍ਰੰਥ ਹੈ ਨਹੀਂ ਕੋਈ ਬਾਣੀ ਹੋ ਨਹੀਂ ਹੈ ਐਡੀਆਂ ਬੜੀਆਂ ਟਿੱਪਣੀਆਂ ਆਦਿ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੋਈਆਂ ਇੱਡੀਆਂ ਇੱਥੇ ਹੋਈਆਂ ਇੰਨੀ ਸਖ਼ਤ ਟਿੱਪਣੀ ਨਹੀਂ ਇੱਥੇ ਹੋਈ ਉੱਥੇ ਵੀ ਹੋਈ ਹੈ ਹਿੰਦੂ ਉਹਨਾਂ ਤੁਰਕੂ ਕਾਣਾ ਕਹਿ ਕੇ ਪਰ ਬਿਰ ਭਗਤ ਕੋਈ ਨਾ ਕਬੂਲ ਇਹ ਗੱਲ ਹੋਰ ਹੈ ਉਹ ਤੇ ਹਿੰਦੂ ਔਰ ਮੁਸਲਮਾਨ ਦੀ ਗੱਲ ਕੀਤੀ ਹੋਈ ਹੈ ਇੱਥੇ ਉਹਨਾਂ ਦੇ ਦੇਵਤੇ ਦੀ ਗੱਲ ਕੀਤੀ ਰਸੂਲ ਦੀ ਗੱਲ ਸਿੱਧੀ ਸਿੱਧੀ ਰਸੂਲ ਦੀ ਗੱਲ ਕੀਤੀ ਹੋਈ ਇਹ ਗੱਲ ਹੋਰ ਹੈ ਉਹ ਗੱਲ ਹੋਰ ਹੈ ਉਹ ਤਾਂ ਕਹਿੰਦੇ ਨੇ ਭਾਈ ਜਿਹੜੇ ਮੁਸਲਮਾਨ ਰਸੂਲ ਦੀ ਗੱਲ ਨਹੀਂ ਮੰਨਦੇ ਅਸੀਂ ਤਾਂ ਉਹਨਾਂ ਨੂੰ ਕਿਹਾ ਉਹ ਤਾਂ ਤੈਅ ਹੋਜੂ ਉਹ ਤਾਂ ਅਸੀਂ ਵੀ ਸਿੱਖਾਂ ਨੂੰ ਕਹਿੰਦੇ ਵੀ ਸਿੱਖ ਗੁਰੂ ਦੀ ਗੱਲ ਮੰਨਦੇ ਨੇ ਅਸੀਂ ਖੜੇ ਨਹੀਂ ਉੱਥੇ ਤਾਂ ਇਹ ਵੀ ਆ ਵੀ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ ਤਾਂ ਜਿਹਨੂੰ ਇਸ ਤੋਂ ਮੰਨਦੇ ਹੋਈ ਫਿਰ ਉੱਥੇ ਤਾਂ ਇਹ ਗੱਲ ਕਹਿਤੀ ਗੁਰੂ ਨਾਨਕ ਨੇ ਫਿਰ ਬਾਅਦ 'ਚ ਕਬੀਰ ਦੀ ਗੱਲ ਸਖ਼ਤ ਕਹੀ ਹੋਈ ਸੀ ਨਾ ਕਹਿੰਦੇ ਮੁਸਲਮਾਨ ਨੂੰ ਅਸੀਂ ਨਹੀਂ ਬੁਰਾ ਕਿਹਾ ਹੋਏ ਤਾਂ ਮੁਸਲਮਾਨ ਕਹਾਏ ਮੁਸਲਮਾਨ ਹੋਵੇ ਤਾਂ ਸਹੀ ਮੁਸਲਮਾਨ ਕਹਾਵਣ ਵੀ ਮੁਸ਼ਕਿਲ ਹੈ ਮੁਸਲਮਾਨ ਵੀ ਹੋਣਾ ਮੁਸ਼ਕਿਲ ਹੈ ਪਰ ਇਹਦਾ ਮਤਲਬ ਇਹ ਨਹੀਂ ਮੁਸਲਮਾਨ ਕਬੂਲ ਹੈ ਇਹਦਾ ਮਤਲਬ ਇਹ ਵੀ ਨਹੀਂ ਮੁਸਲਮਾਨ ਕਬੂਲ ਹੈ ਪਰ ਇੱਕ ਅੱਖ ਤਾਂ ਉਹਦੀ ਹੈ ਕਮ ਸੇ ਕਮ ਉਹ ਮਾਇਆ ਨਾਲ ਤਾਂ ਨਹੀਂ ਜੁੜਿਆ ਹੋਇਆ ਧਿਆਨ ਮੁਸਲਮਾਨ ਦਾ ਨਿਰਾਕਾਰ ਤੇ ਹੈ ਟਾਰਗੇਟ ਉਹਦਾ ਨਿਰਾਕਾਰ ਹੈ ਗਿਆਨ ਨਿਰਾਕਾਰ ਦਾ ਹੈ ਨਹੀਂ ਕਿ ਉਹਨੂੰ ਮਿਲਿਆ ਨਹੀਂ ਹੈ ਕੁਰਾਨ 'ਚ ਗਿਆਨ ਨਹੀਂ ਹੈ ਨਿਰਾਕਾਰ ਦਾ ਧਿਆਨ ਦਾ ਨਿਰਾਕਾਰ ਨਾਲ ਜੋੜਦਾ ਗਿਆਨ ਦੇ ਨਹੀਂ ਸਕੇ ਇੱਥੇ ਕਵੀ ਇਸ ਕਵੀ ਨੂੰ ਕਾਣਾ ਕਿਹਾ ਹੋਇਆ ਸਮਝਿਆ ਨਹੀਂ ਉਹਦੇ ਕੋਲ ਗਿਆਨ ਹੈ ਨਹੀਂ ਵਿਚਾਰੇ ਕੋਲ ਕੀ ਕਰੇ ਕੁਰਾਨ ਦੇ ਵਿੱਚ ਗਿਆਨ ਦਿੱਤਾ ਨਹੀਂ ਹੋਇਆ ਹੈ ਸਿੱਧੂ ਨੂੰ ਮਤਲਬ ਹੈ ਕੋਈ ਨਹੀਂ ਉਹਦੇ ਛੱਡ ਬੈਠਾ ਉਹਦੇ ਕੋਲ ਸੀ ਸਭ ਕੁਛ ਬੇਦ ਸੀ ਉਹਨੇ ਜਾਣ ਬੁੱਝ ਕੇ ਛੱਡਿਆ ਜਾਣ ਬੁੱਝ ਕੇ ਅੱਖਾਂ ਵਿੱਚ ਅੰਨਾ ਹੋਇਆ ਅੰਨਾ ਉਹਨੂੰ ਤਾਂ ਗਿਆ ਤੇਰੇ ਕੋਲ ਸਭ ਕੁਛ ਹੈ ਤੂੰ ਫਿਰ ਪੁੱਠੇ ਪਾਸੇ ਲੱਗੇ ਉਹ ਤਾਂ ਜਿਹਦੇ ਘਰ ਸਭ ਕੁਛ ਹੋਵੇ ਫਿਰ ਪੁੱਠੇ ਪਾਸੇ ਲੱਗੇ ਉਹਨਾਂ ਹੀ ਹੈ ਹੋਰ ਕੀ ਹੈ ਕਹਿੰਦਾ ਤੂੰ ਅੰਨਾ ਅੱਖਾਂ ਫੁੱਟੀਆਂ ਤੇ ਤੈਨੂੰ ਦੇਖਿਆ ਨਹੀਂ ਅੱਖਾਂ ਤਾਂ ਉਹਦੇ ਹੈਗੀਆਂ ਨੇ ਬੇਦ ਉਹਦੇ ਕੋਲ ਹੈਗਾ ਪਿਆ ਜਾਣ ਬੁੱਝ ਕੇ ਛੱਡਦਾ ਉਹਨੂੰ ਅੰਨਾ ਨਾ ਕਹੇ ਤੇ ਕੀ ਕਹੇ ਉਹਨੂੰ ਉਹੀ ਸਿੱਖਾਂ ਨੇ ਕੀਤਾ ਹੋਇਆ ਸਭ ਕੁਛ ਕੋਲ ਹੈ ਜਾਣ ਬੁੱਝ ਕੇ ਛੱਡਿਆ ਹੋਇਆ ਜਾਣ ਬੁੱਝ ਕੇ ਛੱਡ ਦੇਵੇ ਉਹਨਾਂ ਹੁੰਦਾ ਉਹ ਅੰਧਾ ਹੁੰਦਾ ਤਾਂ ਹਿੰਦੂ ਵੀ ਹੁੰਦਾ ਹਿੰਦੂ ਕਹਿੰਦੇ ਕਹਿੰਦੇ ਨੇ ਹਿੰਦੂ ਨੇ ਉਹਨਾਂ ਨੂੰ ਪਤਾ ਇਹਨਾਂ ਨੇ ਆਪਣੀ ਛੱਡਿਆ ਹੋਇਆ ਸਭ ਕੁਛ ਜਿਵੇਂ ਅਸੀਂ ਵੇਦ ਛੱਡਿਆ ਸੀ ਉਵੇਂ ਇਹਨਾਂ ਨੇ ਗੁਰਬਾਣੀ ਛੱਡੀ ਹੋਈ ਹੈ ਉਹ ਸਮਝਦੇ ਨੇ ਇਸ ਗੱਲ ਨੂੰ ਪਰ ਇਹ ਕਹਿੰਦੇ ਜੋ ਕਿ ਅਸੀਂ ਮੱਥੇ ਟੇਕਦੇ ਹਾਂ ਗੁਰਬਾਣੀ ਨੂੰ ਅਸੀਂ ਬੜੀ ਧੂੜ ਉਡਾਉਂਦੇ ਹਾਂ ਬੜੇ ਕੀਰਤਨ ਕਰਦੇ ਹਾਂ ਬੜਾ ਹਲਾ ਲਾਲਾ ਬਹੁਤ ਕਰਦੇ ਹਾਂ ਅਸੀਂ ਤਾਂ ਸਿੱਖ ਇੱਦਾਂ ਨਹੀਂ ਸਿਖਾਉਂਦੇ ਹੁੰਦੇ ਸਿਖਾਉਂਦਾ ਗੁਰਬਾਣੀ ਬਣ ਕੇ ਗੁਰਬਾਣੀ ਨੂੰ ਸਮਝ ਕੇ ਪਹਿਰਾ ਦੇ ਕੇ ਫਿਰ ਬਣਦਾ ਸਿੱਖ ਹੈ ਤਬਦੀਲੀ ਦਾ ਨਾਂ ਸਿੱਖਿਆ ਦਾ ਨਾਂ ਤਬਦੀਲੀ ਦਾ ਨਾਂ ਸਿੱਖ ਹੈ ਧੂੜ ਅੜਾਈ ਦਾ ਸਿੱਖ ਨਹੀਂ ਹੈ ਕਈ ਸਿੰਧ ਬਿੰਦ ਨਗਿੰਦਰ ਕਈ ਸਿੰਧ ਬਿੰਦ ਨਗਿੰਦਰ ਬਿੰਦ ਨਗਿੰਦਰ ਸਿੰਧ ਹੁੰਦਾ ਹੈ ਸਮੁੰਦਰ ਬਿੰਦ ਬਿੰਦੂ ਹੁੰਦਾ ਟਾਰਗੇਟ ਬਿੰਦ ਧੱਦੇ ਨਾਲ ਬਿੰਦ ਅੱਛਾ ਸਿੰਧ ਬਿੰਦ ਨਗਿੰਦਰ ਬਿੰਦ ਬਿੰਦੇ ਹੋਏ ਨਗਿੰਦਰ ਨਗਿੰਦਰ ਜਿਹੜੇ ਇੰਦਰਾਂ ਦੇ ਵਿੱਚੋਂ ਛੰਟੇ ਹੋਏ ਹੁਣ ਨਾਗ ਹੁਣ ਨਾਗਿੰਦਰ ਇੰਦਰਾਂ ਦੇ ਵਿੱਚੋਂ ਵੀ ਤਾਂ ਚੰਗੇ ਹੁੰਦੇ ਨੇ ਰਾਜਿਆਂ ਚੋਂ ਚੰਗੇ ਮਾੜੇ ਬੰਦੇ ਹੁੰਦੇ ਨੇ
ਜਿਨ੍ਹਾਂ ਦੇ ਉੱਤੇ ਅਸਰ ਹੋ ਜਾਵੇ, ਅਸਰ ਹੋ ਜਾਵੇ ਗੁਰਬਾਣੀ ਦਾ। ਕਈ ਹੁੰਦੇ ਨੇ ਇਹੋ ਜਿਹੇ ਰਾਜੇ ਵੀ ਹੁੰਦੇ ਨੇ, ਚੰਗੇ ਰਾਜੇ ਹੋਏ ਨੇ, ਰਾਜਿਆਂ 'ਚ ਵੀ ਵਧੀਆ ਹੋਏ ਨੇ। ਇਹ ਇੱਧਰ ਰਾਜੇ ਦਾ ਹੀ ਰਹੋ ਹੋਏ ਨੇ, ਕਈ ਦਸ ਅਵਤਾਰ ਨਹੀਂ ਹੋਏ। ਹੁਣ ਕਈ ਰਾਜਿਆਂ ਦੇ ਐਸੇ ਐਸੇ ਜ਼ਿਕਰ ਆਏ ਨੇ ਦਸਮ ਗ੍ਰੰਥ ਦੇ ਵਿੱਚ, ਜਿਹੜਾ ਆਪਣਾ ਇਹਦਾ ਅੱਜ ਰਾਜਾ ਹੈ। ਅੱਜ ਰਾਜਾ ਦੇ ਚੈਪਟਰ 'ਚ ਅੱਜ ਨੂੰ ਕਿਹਾ ਵੀ ਜੇ ਉਹ ਸੰਨਿਆਸੀ ਆ ਬੈਠੇ, ਉਹ ਕਹਿੰਦੇ ਹੈ ਹੀ ਦੱਤ ਹੈ। ਜੋਗੀ ਆ ਬੈਠੇ ਕਹਿੰਦੇ ਤਾਂ ਗੋਰਖ ਹੈ ਜਾਂ ਗੱਲ ਕਰਦੇ ਸੀ। ਹਜੇ ਚੰਗੇ ਹੋਏ ਨੇ, ਇਹ ਨਹੀਂ ਗੱਲ ਸਾਰੇ ਰਾਜੇ ਬੁਰੇ ਹੁੰਦੇ। ਕਈ ਮੱਛ ਕੱਛ ਫਨਿੰਦਰ, ਕਈ ਮੱਛ ਕੱਛ ਅਵਤਾਰ ਨੇ ਨਾ, ਅਵਤਾਰਵਾਦ ਨੂੰ ਮੰਨਦੇ ਨੇ ਮੱਛ ਕੱਛ ਨੂੰ, ਉਹਦਾ ਹੀ ਰੂਪ ਤਾਂ ਉਹੋ ਜਿਹਾ ਹੀ ਹੋ ਜਾਂਦੇ ਨੇ ਮੱਛ ਕੱਛ। ਪਾਣੀ ਹਰ ਵਕਤ ਬੜੇ ਰਹਿਣ, ਉਹ ਜਿਹੜੇ ਜਲ ਤਾਰੇ ਕਰਦੇ ਨੇ ਨਾ ਹਰ ਵਕਤ ਪਾਣੀ 'ਚ, ਪਾਣੀ 'ਚ ਬਹਿੰਦੇ ਨੇ, ਉਹ ਮੱਛ ਕੱਛ ਨੇ। ਹੋਰ ਕੀ ਹੈ, ਉਹਨਾਂ ਉਹ ਅਵਤਾਰਾਂ ਨੂੰ ਮੰਨਦੇ ਨੇ। ਉਹ ਜਿਵੇਂ ਕਈ ਉਹ ਕਹਿੰਦੇ ਨੇ ਵੀ ਉਹ ਹਵਾ 'ਚ ਉੱਡਦੇ ਨੇ, ਕਹਿੰਦੇ ਪਹਿਲਾਂ ਤੂੰ ਉੱਡਦਾ ਹੀ ਰਿਹਾ ਪੰਛੀ ਸੀਗਾ, ਉਹ ਜੇ ਆਉਣਗੀਆਂ ਗੱਲਾਂ ਹੈ। ਕਈ ਦੇਵ ਆਦਿ ਕੁਮਾਰ, ਕਈ ਦੇਵ ਆਦਿ ਕੁਮਾਰ, ਕਈ ਦੇਵਤੇ ਨੇ ਦੇਵਤਿਆਂ ਨੂੰ ਮੰਨਦੇ ਨੇ, ਕਈ ਦੇਵ ਆਦਿ ਕੁਮਾਰ। ਦੇਵ ਆਦਿ ਨੇ ਦੇਵ, ਦੇਵਤਿਆਂ ਵਰਗੇ ਸੁਭਾਅ ਵਾਲੇ ਨੇ, ਚੰਗੇ ਸੁਭਾਅ ਵਾਲੇ ਨੇ ਦੇਵ। ਕਈ ਵੇਦ ਔਰ ਮੁਖਚਾਰ, ਕੋਈ ਵੇਦ ਔਰ ਮੁਖਚਾਰ, ਕਈ ਆਪਣੇ ਆਪ ਯਾਨੀ ਬ੍ਰਹਮ ਗਿਆਨੀ ਬਣਨਾ ਚਾਹੁੰਦੇ ਨੇ, ਵੇਦ ਪੜ੍ਹਦੇ ਨੇ, ਚਾਰੇ ਵੇਦਾਂ ਦੇ ਗਿਆਤਾ ਬਣਦੇ ਨੇ, ਜਿਹੜੇ ਚਾਰੇ ਵੇਦਾਂ ਨੂੰ ਜ਼ਬਾਨੀ ਯਾਦ ਕਰਨ ਵਾਲੇ, ਚਾਰ ਵੇਦਾਂ ਨੂੰ ਗਿਆਨ ਨੂੰ ਮੂੰਹ ਜ਼ਬਾਨੀ ਯਾਦ ਕਰਨ ਵਾਲੇ, ਉਹ ਮੁਖਚਾਰ ਕਹਿ ਦਿੰਦੇ ਸੀ ਉਹਨਾਂ ਨੂੰ। ਕਈ ਰੁਦਰ ਛੁਦਰ ਸਰੂਪ, ਕਈ ਰੁਦਰ ਆਪਣੇ ਸ਼ਿਵਜੀ ਦਾ ਰੂਪ ਧਾਰਨ ਕਰਦੇ ਨੇ। ਰੁਦਰ ਛੁਦਰ ਸਰੂਪ, ਸ਼ੁਦਰ ਸ਼ੁਦਰ ਕਹਿੰਦੇ, ਸ਼ੂਦਰ ਨੂੰ ਕਹਿੰਦੇ ਨੇ। ਆਹ ਜਿਹੜੇ ਬੜੀਆਂ ਤੇ ਰਹਿੰਦੇ ਨੇ, ਕੱਚਾ ਮਾਸ ਖਾ ਜਾਂਦੇ ਨੇ, ਖੂਨ ਪੀ ਜਾਂਦੇ ਨੇ, ਇਹ ਸ਼ੁੱਧਰ ਨੇ ਅਸਲ ਦੇ ਵਿੱਚ। ਕੱਚਾ ਮਾਸ ਹੋਣੀ ਹੈ, ਕੱਢ ਕੇ ਖਾ ਜਾਂਦੇ ਨੇ ਕਈ ਸਾਲ। ਇਹ ਭੈਰੋ ਇਹ ਸਾਰੇ ਸ਼ਿਵਜੀ ਦੇ ਭਗਤ ਨੇ ਰੁਦਰ ਦੇ। ਰੁਦਰ ਵੈਸੇ ਖੂਨ ਨੂੰ ਵੀ ਕਹਿੰਦੇ ਨੇ, ਰੁਦਰ ਖੂਨ ਨੂੰ ਕਹਿੰਦੇ। ਕਈ ਰਾਮ ਕ੍ਰਿਸ਼ਨ ਅਨੂਪ, ਕਈ ਰਾਮ ਕ੍ਰਿਸ਼ਨ ਦੇ ਅਨੂਪ ਰੂਪ ਮੰਨ ਕੇ ਚੱਲਦੇ ਨੇ, ਉਹਨਾਂ ਦੇ ਚੇਲੇ ਨੇ ਰਾਮਾ ਕ੍ਰਿਸ਼ਨ ਦੇ ਚੇਲੇ ਨੇ। ਕਈ ਕੋਕ ਕਾਪ ਭਣੰਤ, ਕਈ ਕੋਕ ਕਾਪ, ਦੇਖੋ ਇਹ ਵੀ ਇਹਦਾ ਮਤਲਬ ਧਰਮ ਦੇ ਵਿੱਚ ਹੈ। ਕੋਕ ਕਾਪ ਦੀ ਪੜ੍ਹਾਈ ਵੀ ਇਹ ਧਰਮ ਦੇ ਵਿੱਚ ਆ ਰਹੀ ਹੈ, ਧਰਮ ਦਾ ਹਿੱਸਾ ਹੈ। ਜਿਹੜੇ ਲੋਕਾਂ ਨੂੰ ਧਰਮ ਦਾ ਗਿਆਨ ਨਹੀਂ, ਉਹਨਾਂ ਨੂੰ ਨਹੀਂ ਪਤਾ ਵੀ ਇਹ ਧਰਮ ਦਾ ਹਿੱਸਾ। ਅਗਰ ਅਸੀਂ ਦੇਖੋ ਅੰਡ ਤੇ ਬ੍ਰਹਮੰਡ ਜਦ ਆ ਗਿਆ, ਅੰਡ ਤੇ ਬ੍ਰਹਮੰਡ ਕੀ ਹੈ, ਇਹ ਕੋਕ ਕਾਪ ਦੇ ਵਿੱਚ ਹੀ ਆਉਣਾ ਹਿੱਸਾ, ਅੰਡਕੋਸ਼ ਜਿਹੜੇ, ਹਾਂ ਅੰਡਕੋਸ਼।